ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਇੱਕ ਹਵੇਲੀ ਦਾ ਵਲੋਗ। ਆਈ ਹੋਪ ਤੁਹਾਨੂੰ ਅੱਛਾ ਲੱਗੇਗਾ। ਅਤੇ ਇਹ ਸਾਰੀ ਐਂਟਰੈਂਸ ਵਿੱਚ ਜਿੰਨੀ ਵੀ ਹਵੇਲੀ ਦਾ ਵਿਊ ਆ, ਸਭ ਤੋਂ ਪਹਿਲਾਂ ਮੈਂ ਸ਼ੋਅ ਕਰ ਰਹੀ ਹਾਂ। ਇਸ ਤਰ੍ਹਾਂ ਤੁਹਾਨੂੰ ਉੱਥੇ ਮਿਲੇਗਾ ਸਾਰਾ ਵਿਊ, ਮੁਟਿਆਰਾਂ ਬਣੀਆਂ ਹੋਈਆਂ ਨੇ, ਸੱਭਿਆਚਾਰਕ ਜਿੰਨਾ ਵੀ ਕਲਚਰ ਹੈ ਨਾ ਸਾਰਾ ਤੁਹਾਨੂੰ ਉਹ ਦੇਖਣ ਲਈ ਮਿਲੇਗਾ। ਉੱਥੇ ਖੂਹ ਬਣਿਆ ਹੋਇਆ ਇੱਕ, ਜਿੰਨਾ ਤੁਸੀਂ ਪਾਣੀ ਨਿਕਾਲੋਗੇ ਅਤੇ ਮਤਲਬ ਸਾਰਾ ਵਿਊ ਉਹਨਾਂ ਨੇ ਸੱਭਿਆਚਾਰਕ ਹੀ ਬਣਿਆ, ਬਹੁਤ ਚੰਗਾ ਲੱਗੇਗਾ ਤੁਹਾਨੂੰ ਉੱਥੇ ਜਾ ਕੇ ਦੇਖੋਗੇ। ਅਤੇ ਮੈਨੂੰ ਪਰਸਨਲੀ ਬਹੁਤ ਹੀ ਚੰਗਾ ਲੱਗਿਆ। ਐਂਡ ਸਭ ਤੋਂ ਵੱਡੀ ਗੱਲ ਹੈ, ਇੱਥੇ ਕੋਈ ਫੀਸ ਨਹੀਂ ਹੈਗੀ, ਤੁਸੀਂ ਵਿਦਾਊਟ ਐਨੀ ਫੀਸ 'ਤੇ ਐਂਟਰ ਹੋ ਸਕਦੇ ਹੋ। ਐਂਡ ਖਾਣਾ ਪੀਣਾ ਸਿਰਫ ਤੁਹਾਡਾ ਵੱਖਰਾ ਹੋਏਗਾ, ਬਾਕੀ ਕੋਈ ਫੀਸ ਨਹੀਂ ਹੈਗੀ ਇਹਦੇ ਵਿੱਚ। ਮਤਲਬ ਤੁਸੀਂ ਫ੍ਰੀ ਵਿੱਚ ਹੀ ਘੁੰਮ ਸਕਦੇ ਹੋ, ਫੋਟੋ ਕਲਿੱਕ ਕਰਾ ਸਕਦੇ ਹੋ। ਐਂਡ ਇੱਥੇ ਇਸ ਟਾਈਪ ਵਿੱਚ ਕਾਫੀ ਬਣੀਆਂ ਹੋਈਆਂ ਸੀਗੀਆਂ, ਇਹ ਘੋੜੇ ਤਾਂਗਾ ਬਣਿਆ ਹੈ, ਖੂਹ ਬਣੇ ਹੋਏ ਨੇ ਉੱਥੇ ਛੋਟੇ ਛੋਟੇ। ਇਹ ਦੇਖੋ ਪਾਣੀ ਸਿੰਚ ਰਹੇ ਹਾਂ, ਮੈਂ ਵੀ ਕੋਸ਼ਿਸ਼ ਕੀਤੀ ਥੋੜ੍ਹੀ ਜਿਹੀ, ਮੈਂ ਕਿਹਾ ਮੈਂ ਵੀ ਇੱਕ ਟਰਾਈ ਕਰ ਲਾਂ ਥੋੜ੍ਹਾ ਜਿਹਾ। ਐਂਡ ਨੈਕਸਟ ਇਹਨਾਂ ਨੇ ਇਹ ਬਣਾਏ ਹੋਏ ਨੇ ਪੰਜਾਬੀ ਦੇ ਵਿੱਚ, ਜਦੋਂ ਪੰਜਾਬੀ ਕਲਚਰ ਦੇ ਰਿਲੇਟਿਡ ਹੈ ਹਵੇਲੀ ਬਣੀ ਹੋਈ ਹੈ, ਤਾਂ ਸਾਰਾ ਪੰਜਾਬੀ ਹੀ ਬਣਿਆ। ਜਿਵੇਂ ਪੱਠੇ ਕੱਟਦੇ ਆ, ਉਹ ਮਸ਼ੀਨ ਰੱਖੀਆਂ ਹੋਈਆਂ ਨੇ, ਦੁੱਧ ਵਾਲੀ ਸਾਈਕਲ ਸੀਗਾ, ਮੱਝਾਂ ਸੀਗੀਆਂ, ਔਰ ਘਾਂ ਦੇ ਉੱਤੇ ਮਜ਼ਾ ਰੱਖਿਆ ਹੋਇਆ ਸੀਗਾ ਸਾਰਾ। ਮਤਲਬ ਜਿੰਨਾ ਵੀ ਪੰਜਾਬ ਨਾਲ ਰਿਲੇਟਿਡ ਹੈ ਨਾ ਸਾਰਾ, ਬਹੁਤ ਹੀ ਵਧੀਆ ਲੱਗਦਾ ਦੇਖਣ ਲਈ। ਮੈਨੂੰ ਤਾਂ ਬਹੁਤ ਹੀ ਵਧੀਆ ਲੱਗਾ, ਮੈਨੂੰ ਤੁਹਾਡੇ ਵਿਊ ਨਹੀਂ, ਆਈ ਥਿੰਕ ਤੁਹਾਨੂੰ ਅੱਛਾ ਲੱਗੇਗਾ ਜਾ ਕੇ, ਬਟ ਮੈਨੂੰ ਬਹੁਤ ਹੀ ਜ਼ਿਆਦਾ ਚੰਗਾ ਲੱਗਾ। ਅਤੇ ਜਦੋਂ ਤੁਸੀਂ ਉੱਥੇ ਜਾਓਗੇ, ਫਸਟ ਤੁਹਾਨੂੰ ਇਸ ਤਰ੍ਹਾਂ ਮਿਲ ਜਾਏਗਾ ਐਂਟਰਸ, ਇਸ ਟਾਈਪ ਦੇ ਵਿੱਚ ਤੁਸੀਂ ਅੱਗੇ ਜਦੋਂ ਜਾਓਗੇ ਅਤੇ ਬਣਿਆ ਹੋਇਆ ਘੋੜਾ ਤਾਂਗਾ। ਐਂਡ ਦੈਨ ਤੁਸੀਂ ਇਸ ਤਰ੍ਹਾਂ ਐਂਟਰ ਹੋ ਜਾਣਾ, ਇਸ ਤਰ੍ਹਾਂ ਸੀੜੀਆਂ ਆਉਣਗੀਆਂ ਥੋੜ੍ਹੀ ਜਿਹੀਆਂ। ਫਿਰ ਤੁਸੀਂ ਅੱਗੇ ਜਦੋਂ ਆਓਗੇ, ਇੱਥੇ ਮੁਟਿਆਰ ਇੱਕ ਪਾਣੀ ਦਾ ਗੜਵਾ ਲੈ ਕੇ ਖੜੀ ਹੈ, ਤੁਹਾਡਾ ਵੈਲਕਮ ਕਰਨ ਵਾਸਤੇ ਆ ਜਾਓ ਅੱਗੇ। ਐਂਡ ਟੈਂਪੂ ਬਣਿਆ ਆ ਉੱਥੇ ਇੱਕ ਟੈਂਪੂ, ਮੈਂ ਇਹਦੇ 'ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਸੀ ਅਤੇ ਅੰਕਲ ਜੀ ਨੇ ਮੈਨੂੰ ਕਿਹਾ ਸੀਗਾ, ਭੈਣ ਜੀ ਨਹੀਂ ਤੁਸੀਂ ਨਹੀਂ ਚੜ੍ਹ ਸਕਦੇ। ਅਤੇ ਫਿਰ ਮੈਂ ਦੁਬਾਰਾ ਉੱਤਰ ਗਈ, ਕਹਿੰਦਾ ਨਹੀਂ ਡਿੱਗ ਸਕਦਾ। ਅਤੇ ਮੈਨੂੰ ਉੱਦਣ ਫੀਲ ਹੋਇਆ ਕਿ ਮੈਂ ਲੱਗਦਾ ਮੈਂ ਕਾਫੀ ਹੈਲਦੀ ਹੋ ਗਈ ਹਾਂ, ਉਸ ਤੋਂ ਬਾਅਦ ਮੈਂ ਸੋਚ ਰਹੀ ਹਾਂ ਮੈਂ ਪਤਲੀ ਹੋਵਾਂ। ਅਤੇ ਪਲੀਜ਼ ਇਸ 'ਤੇ ਚੜ੍ਹਨ ਦੀ ਕੋਸ਼ਿਸ਼ ਨਾ ਕਰਨਾ, ਇਹ ਅੰਕਲ ਬਹੁਤ ਮਾਰਦੇ ਨੇ। ਜੇ ਤੁਸੀਂ ਚੜ੍ਹਨ ਦੀ ਕੋਸ਼ਿਸ਼ ਵੀ ਕਰੋਗੇ ਤਾਂ ਉੱਥੇ ਖੜ੍ਹੇ ਰਹਿੰਦੇ, ਤੁਹਾਨੂੰ ਨਾਲ ਹੀ ਪਾ ਦਿੰਦੇ, ਐਨੀਵੇ ਗੁੱਸਾ ਨਹੀਂ। ਅਤੇ ਅੱਗੇ ਹੁਣ ਚੱਲਦੇ ਹਾਂ ਦੂਸਰੇ ਨੰਬਰ 'ਤੇ। ਹੁਣ ਅਸੀਂ ਥੋੜ੍ਹੀ ਜਿਹੀ ਅੱਗੇ ਜਾਵਾਂਗੇ, ਤੁਹਾਨੂੰ ਇਸ ਤਰ੍ਹਾਂ ਨਾ ਛੋਟੀ ਛੋਟੀ ਮਾਰਕੀਟਸ ਨਜ਼ਰ ਆਉਣਗੀਆਂ। ਉੱਥੇ ਕਾਫੀ ਤਰ੍ਹਾਂ ਦੀ ਮਾਰਕੀਟ ਸੀਗੀਆਂ, ਜਿਵੇਂ ਅਲੱਗ ਅਲੱਗ ਮਾਰਕੀਟ, ਛੋਟੀ ਛੋਟੀ ਮੰਜੀਆਂ ਬਣੀਆਂ ਹੋਈਆਂ ਨੇ, ਜਾਂ ਪੰਜਾਬੀ ਜੁੱਤੀ ਮਿਲ ਜਾਏਗੀ, ਸੂਟਸ ਮਿਲ ਜਾਣਗੇ, ਦੁਪੱਟਾ ਮਿਲੇਗਾ। ਇਹ ਫਿਲਹਾਲ ਜਿਹੜੀ ਸ਼ੋਪ ਦੇ ਵਿੱਚ ਮੈਂ ਸੀਗੀ, ਇੱਥੇ ਇਹ ਛੋਟੇ ਛੋਟੇ ਕਲਿਕਸ ਬਣਾਈਆਂ ਹੋਈਆਂ ਉਹਨਾਂ ਨੇ, ਮਤਲਬ ਛੋਟੇ ਪੁਰਾਣੇ ਜ਼ਮਾਨੇ ਜਿਵੇਂ ਟੈਲੀਫੋਨ ਸੀ, ਪੁਰਾਣੀਆਂ ਮੰਜੀਆਂ ਛੋਟੀਆਂ ਛੋਟੀਆਂ ਬਣੀਆਂ ਹੋਈਆਂ ਨੇ। ਤੁਸੀਂ ਇੱਥੇ ਸੇਲ ਵੀ ਹੁੰਦੇ ਨੇ, ਮਤਲਬ ਤੁਸੀਂ ਪਰਚੇਜ਼ ਵੀ ਕਰ ਸਕਦੇ ਹੋ, ਜੇ ਤੁਹਾਡਾ ਮਨ ਹੈ ਕੋਈ ਚੀਜ਼ ਲੈਣ ਦਾ ਤੁਸੀਂ ਲੈ ਵੀ ਸਕਦੇ ਹੋ। ਅੱਗੇ ਚੱਲਦੇ ਹਾਂ, ਹੁਣ ਇਸ ਤਰ੍ਹਾਂ ਦੇਖੋ ਡਮਰੂ ਬਣਾਏ ਹੋਏ ਆ, ਕਾਫੀ ਮਤਲਬ ਪੁਰਾਣੀ ਜੋ ਯਾਦਗਾਰ ਸਾਨੂੰ ਉਹ ਸਾਰਾ ਕੁਛ ਬਣਿਆ ਹੈ। ਅੱਗੇ ਅਸੀਂ ਚੱਲਦੇ ਹਾਂ, ਹੁਣ ਅੱਗੇ ਸਾਡਾ ਜੁੱਤੀਆਂ ਵਾਲਾ ਬਾਜ਼ਾਰ, ਇਹ ਥੋੜ੍ਹੀ ਜਿਹੀ ਮਸਤੀ ਹੋ ਰਹੀ ਆ। ਬਾਜ਼ਾਰ ਆ ਜਾਏਗਾ, ਉੱਥੇ ਤੁਸੀਂ ਪੰਜਾਬੀ ਚੱਪਲ ਲੈ ਸਕਦੇ ਹੋ। ਬਾਕੀ ਹੋਰ ਵੀ ਕਾਫੀ ਵਰਾਇਟੀ ਸੀਗੀ ਉੱਥੇ, ਮਾਰਕੀਟ ਬਣੀ ਹੋਈ ਹੈ ਕਾਫੀ ਪ੍ਰੋਪਰਲੀ, ਮੈਂ ਤੁਹਾਨੂੰ ਨਾਲ ਦਿਖਾਉਣ ਦੀ ਕੋਸ਼ਿਸ਼ ਕਰਾਂਗੀ। ਉੱਥੇ ਖੂਹ ਦੇ ਨਾਲ ਨਾਲ ਇੱਥੇ ਫੋਟੋ ਵਗੈਰਾ ਕਲਿੱਕ ਕਰ ਸਕਦੇ ਹੋ, ਕਾਫੀ ਵਿਊ ਅੱਛਾ ਹੈ। ਮਟਕੀ ਬਣਾਈ ਹੋਈ ਇਹਨਾਂ ਨੇ ਛੋਟੀ ਛੋਟੀ, ਇੱਥੇ ਵੀ ਮੇਰੀ ਇੱਕ ਵੀਡੀਓ ਹੈ, ਜੇ ਮੈਨੂੰ ਮਿਲੀ ਤਾਂ ਮੈਂ ਜ਼ਰੂਰ ਅਪਲੋਡ ਕਰਨ ਦੀ ਕੋਸ਼ਿਸ਼ ਕਰਾਂਗੀ। ਫਿਲਹਾਲ ਮੈਨੂੰ ਮਿਲ ਨਹੀਂ ਰਹੀ ਸੀ, ਇਸ ਲਈ ਮੈਂ ਇਸੇ ਤਰ੍ਹਾਂ ਨੂੰ ਕਲਿੱਪ ਪਾ ਦਿੱਤਾ। ਪਲੀਜ਼ ਜੇ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗ ਰਹੀ ਹੈ ਥੋੜ੍ਹੀ ਜਿਹੀ, ਲਾਈਕ ਐਂਡ ਸ਼ੇਅਰ, ਕਮੈਂਟ ਜ਼ਰੂਰ ਕਰਿਆ ਕਰੋ ਗਾਈਸ। ਤੁਹਾਡੇ ਕਮੈਂਟ ਦੇ ਨਾਲ ਸਾਨੂੰ ਥੋੜ੍ਹਾ ਹੁੰਦਾ ਹੈ ਕਿ ਯਾਰ ਸਾਨੂੰ ਕੁਛ ਹੋਰ ਬਣਾਉਣਾ ਚਾਹੀਦਾ। ਅੱਗੇ ਆ ਜਾਏਗਾ, ਆ ਜਾਓ ਖੇਡੀਏ। ਅਤੇ ਇੱਥੇ ਮਤਲਬ ਅੱਗੇ ਐਂਟਰ ਬਣਿਆ ਹੈ ਖੇਡਣ ਵਾਸਤੇ, ਬੱਚਿਆਂ ਦੇ ਜਿਵੇਂ ਬਣੇ ਹੋਏ ਨੇ, ਕਾਰ ਰਾਈਡਿੰਗ ਵਗੈਰਾ ਕਰਨੀ ਹੋਈ ਉਹ ਮਿਲ ਕਰ ਸਕਦੇ ਹੋ ਤੁਸੀਂ। ਅਤੇ ਹੋਰ ਵੀ ਇੱਥੇ ਸਕੂਲ ਬਣਿਆ ਹੈ, ਮਤਲਬ ਦ੍ਰਿਸ਼ ਦਿਖਾਏ ਗਏ ਹੈ ਪੁਰਾਣੇ, ਜਿਵੇਂ ਕੁੜੀਆਂ ਖੇਡਦੀਆਂ ਨੇ, ਸਕੂਲ ਬੱਚੇ ਪੜ੍ਹਦੇ ਨੇ, ਇਹ ਉਹ ਖੇਡ Yeah.
राजकुमारी स्टाइल च चेयर भी मिल जाएगी। ऐ हुण चलदे हकीम तारा चंद जी को। जदों तुसीं जाओगे तो इत्थे मतलब डॉक्टर टाइप ही हकीम जी बैठे ने जो तुहाडे नर्व्स फड़ के दसणगे भी तुहानूं की प्रॉब्लम है। तो होर अगे इस तरह काफ़ी छोटी छोटी शॉप्स बनी हुई ने जिथे तुसीं जाके देख सकते हो अंदर। होर अगे चलते हैं। गिनते मैं तारे सारे सॉन्ग ते कॉपीराइट है इसलिए समय हाइड कर दिता है। प्लीज कमेंट ते दसो मैं केड़ा सॉन्ग बोलिया है। थोड़ा जिहा टाइटल तुहाडे कोल सीगा, हुण फुल सॉन्ग करो, देखदे हां किन्नी वीडियो देखी है। अगे फिर उसी तरह बने हुए हैं वक्रे वक्रे व्यूज। जल्दी जल्दी तुहानू सारा व्यू दिखा दिंदी हां ताकि तुसी जल्दी फुलकारी लाइक शेयर एंड कमेंट जरूर करना। अमृतसर से जो हॉल तुम देखना चाहते हो मैं जरूर कमेंट करना, मैं थोड़े लिए जरूर बनावांगी। थैंक यू सो मच मेरी वीडियो देखने ली एंड थैंक यू।